सही नाम बताना, सही सही। बेटा तेरा नाम की अभी है? नाम क्या है? नाम है? नाम नाम पहले अभी तो बताया तू मेरे को। कुछ नहीं होगा, तेरे घर को भेजना है तेरे को ना, इसलिए बना रहा हूँ। किशन है? किशन है। वाहेगुरु जी का खालसा, श्री वाहेगुरु जी की फतेह। आ एक मुंडा रात साढ़े ना एक दरवाजा खुला रह गया, तो किसी ने कुटिया मारिया रात इनू, जिमें गुजर नहीं कम करता हूँ, हथ पैर बड़े आ, कली कोटी पाई इन्हें बस, तो पजामा आ तो पैरी चपल भी है नहीं। अपना ने किशन दसदा कहना मेरा भरा जलंधर। जलंधर कितने रहा? जलंधर कितने रहा तेरा भरा? जलंधर? हाँ जलंधर उधर रहता है। किधर? उधर कहीं रहता है। तू जवाहर नगर है? मिलिट्री ऑफिसर है। नाम नहीं ये है ना। वाहेगुरु जी का खालसा, श्री वाहेगुरु जी की फतेह। ਇਹ ਬੰਦਾ ਸਾਨੂੰ ਸਵੇਰੇ ਮਿਲਿਆ ਜੀ, ਅੱਜ ਇੱਥੇ ਆਪਣੀ ਹਵੇਲੀ ਆ ਗਿਆ ਸੀ ਰਾਤੀ ਤੜਕੇ ਕਿਤੇ, ਅਤੇ ਇਹਨੂੰ ਰਾਤ ਕਿਸੇ ਨੇ ਮਾਰਿਆ ਵੀ, ਇਹਦੇ ਨੱਕ 'ਤੇ ਸੱਟਿਆ, ਅਸੀਂ ਉਹਨਾਂ ਨੂੰ ਰੋਟੀ ਰੁਟੀ ਖਵਾਉਣ ਲੱਗੇ ਹਾਂ, ਅਤੇ ਥਾਣੇ ਰਿਪੋਰਟ ਕਰ ਦਿੱਤੀ ਆ। ਮੈਂ ਨੁਕਤਾ ਦੀ ਸੇਵਾ ਵਾਲੇ ਵੀਰ ਨਾਲ ਗੱਲ ਹੋਈ ਸੀ, ਉਹ ਕਹਿੰਦੇ ਜੀ ਆ ਕੇ ਇਹਨੂੰ 'ਤੇ ਛੱਡ ਦਿਓ। ਥਾਣੇ ਰਿਪੋਰਟ ਕਰਾ ਤੀ ਆਪਦਾ ਨਾ ਕਿਸ਼ਨ ਦਾ, ਆਪਦਾ ਕਿਸ਼ਨ ਕਰਨ। ਹਾਂਜੀ ਠੀਕ ਹੈ। ਆ ਕੱਪੜੇ ਕੁੱਪੜੇ ਖੋਟੀ ਚੁਪਲਾਂ ਚੁਪਲਾਂ ਕੁਛ ਵੀ ਨਹੀਂ ਸੀ, ਅਤੇ ਇਹਨੂੰ ਹੁਣ ਕੱਪੜੇ ਦਿੱਤੇ ਆ ਪਾਉਣ ਨੂੰ ਥੋੜ੍ਹੇ ਜਿਹਾ, ਤਾਂ ਚਲੋ ਬਾਕੀ ਤਾਂ ਵੀਰ ਹੋਣਾ ਕੋਈ ਛੱਡਣ ਚੱਲੇ ਹਾਂ। ਠੀਕ ਹੈ ਜੀ, ਠੀਕ ਹੈ ਨਾ? ਹਾਂ ਤੇਰੇ ਘਰ ਛੱਡ ਦੇਣਗੇ ਤੈਨੂੰ। ਠੀਕ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸੁਪਨਿਆਂ ਦੇ ਘਰ 'ਚ ਇਹ ਕੰਬਦੇ ਹੋਏ ਹੱਥ, ਛਿੱਲੇ ਹੋਏ ਹੱਥ, ਗੋਹੇ ਨਾਲ ਲਿਬੜੇ ਹੋਏ ਪੈਰ, ਚਿਹਰੇ ਦੀ ਜਿਹੜੀ ਭਾਵਨਾ ਉਹ ਆਪਣੇ ਆਪ ਆਪਣੇ ਦੁੱਖ ਨੂੰ ਬਿਆਨ ਕਰ ਰਹੀ ਹੈ। ਮੈਲ ਕੱਪੜਿਆਂ ਦੇ ਸਰੀਰ ਦੇ ਉੱਤੇ ਨਾ ਮਾਤਰ ਹੋਣਾ, ਸਿਰ ਦੇ ਵਿੱਚ ਮਿੱਟੀ ਗੰਦਗੀ ਫਸੀ ਹੋਈ ਆਪਣੇ ਆਪ 'ਚ ਬਿਆਨ ਕਰਦੀ ਆ ਇਸ ਪਰਦੇਸੀ ਵੀਰ ਦੀ ਹਾਲਤ ਨੂੰ। ਬਾਈ ਮਨਜਿੰਦਰ ਸਿੰਘ ਖੜਾ ਕੋਲੇ ਬਾਈ ਬਾਈ ਜੀ ਹੁਣੀ ਲੈ ਕੇ ਆਏ ਨੇ ਸਾਡੇ ਕੋਲ ਇਸ ਪਰਦੇਸੀ ਮਜ਼ਦੂਰ ਨੂੰ। ਸਵੇਰਿਓਂ ਤੜਕਿਓਂ ਜਦੋਂ ਬਾਹਰਲਾ ਘਰ ਹਵੇਲੀ ਪਸ਼ੂਆਂ ਵਾਲਾ ਘਰ ਨੌਕਰ ਨੇ ਖੋਲਿਆ ਤਾਂ ਇੱਕ ਡਰਿਆ ਸਹਿਮਿਆ ਠੰਡ ਦੇ ਨਾਲ ਕੰਬਦਾ ਇੱਕ ਇਨਸਾਨ ਉੱਥੇ ਬੈਠਾ। ਉਹਨੂੰ ਦੇਖ ਕੇ ਜੋ ਵੀਰ ਹੋਣਾ ਨੇ ਮਹਿਸੂਸ ਕੀਤਾ, ਵੀਰ ਹੋਣਾ ਨਾਲ ਵੀ ਆਪਾਂ ਗੱਲ ਕਰਦੇ ਹਾਂ, ਬਿਆਨ ਕਰਨਗੇ ਵੀਰੇ ਹੋਣੀ, ਪਰ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਅਸੀਂ ਉਹ ਦੱਸਣਾ ਚਾਹੁੰਦੇ ਹਾਂ ਵੀ ਉਹ ਵੀਰ ਕਿਸੇ ਨੇ ਗੁਲਾਮ ਬਣਾ ਕੇ ਰੱਖਿਆ ਸੀ ਕਿਸੇ ਗੁਜਰਾਂ ਦੇ ਬਾੜੇ ਚੋਂ ਜਾਂ ਕਿਸੇ ਉਹ ਨਾਢੂ ਖਾਂ ਸਰਦਾਰਾਂ ਦੇ ਘਰੋਂ, ਜਿਹੜੇ ਅੱਜ ਇੱਦਾਂ ਦੇ ਮਜ਼ਦੂਰਾਂ ਦੇ ਨਾਲ ਵੀ ਧੱਕਾ ਕਰਨਾ, ਉਹ ਤੋਂ ਫ੍ਰੀ ਵਿੱਚ ਕੰਮ ਕਰਾਉਣਾ, ਕੁੱਟਮਾਰ ਕਰਨੀ ਆਪਣਾ ਬੜੱਪਣ ਸਮਝਦੇ ਆ ਸ਼ਾਇਦ ਉਹ। ਇਹ ਉੱਥੋਂ ਭੱਜ ਕੇ ਕਿਤੇ ਆਇਆ, ਕੁੱਟਿਆ ਹੋਇਆ, ਨੱਕ 'ਤੇ ਪਏ ਹੋਏ ਨਿਸ਼ਾਨ ਇਹਦੀ ਕੁੱਟ ਦੇ ਹਾਲਾਤਾਂ ਦੀ ਹਾਮੀ ਭਰਦੇ ਆ। ਬੇਟਾ ਆ ਕੱਪੜਿਆਂ ਦੇ ਉੱਤੇ ਖੂਨ ਪਿਆ ਹੋਇਆ, ਜੇ ਚੱਪਲ ਪਹਿਨ ਲਓ ਬੇਟਾ, ਪਹਿਨ ਲਓ ਚੱਪਲ। ਅੱਛਾ ਨੰਗੇ ਪੈਰੀ ਸੀ। ਮਨਜਿੰਦਰ ਵੀਰੇ ਕੀ ਦੱਸੋ ਮਾੜੀ ਜਿਹੀ ਗੱਲ, ਕਿੱਦਾਂ ਵੀਰੇ ਤੁਹਾਨੂੰ ਮਿਲਿਆ? ਆ ਜਾ ਆ ਜਾ ਬੇਟਾ, ਖੜੇ ਹੋ ਜਾਓ ਖੜੇ ਹੋ ਜਾਓ। ਹਾਂਜੀ ਉੱਥੇ ਚਲੋ ਬਾਹਰ। ਹਾਂਜੀ ਹਾਂਜੀ, ਕਿੱਥੋਂ ਆਏ ਤੁਸੀਂ ਵੀਰੇ? ਮੈਂ ਨਕੋਦਰ ਤੋਂ ਆਇਆ ਜੀ। ਨਕੋਦਰ ਦੇ ਕੋਲੇ ਪਿੰਡ ਆ ਕੋਈ? ਮੱਲਾ ਆ ਜੀ ਸਾਡਾ, ਲਾਈਏਵਾਲ। ਲਾਈਏਵਾਲ ਸ਼ਹਿਰ 'ਚ ਹੀ ਪੈਂਦਾ? ਸ਼ਹਿਰ 'ਚ ਹੀ ਪੈਂਦਾ ਜੀ। ਅੱਛਾ ਜੀ, ਸ਼ਹਿਰ ਦੇ ਨਾਲ ਖੇਤਾਂ 'ਚ ਬੈਠਿਆ ਜੀ। ਡੰਗਰ ਪਸ਼ੂ ਰੱਖੇ ਹੋਏ ਆਪਣੇ? ਡੰਗਰ ਪਸ਼ੂ ਰੱਖੇ ਆ ਜੀ। ਸਵੇਰੇ ਜਦੋਂ ਜੀ ਨੌਕਰ ਪੱਟੇ ਪਾਉਂਦਾ ਜੀ ਤਾਂ ਉਹਨੇ ਦੇਖਿਆ ਨਹੀਂ, ਇਹ ਤੇ ਕੁਰਸੀ ਲਿਆ ਜੀ, ਨੌਕਰ ਦੀ ਚਾਹ ਲੈ ਕੇ ਤਾਂ ਇਹ ਉੱਤੇ ਆਪਣੀ ਸ਼ੈੱਡ ਜੀ ਬਣੀ ਆ, ਉੱਥੇ ਮੰਜਾ ਡਾਹ ਕੇ ਤੇ ਸਿੰਪਲ ਚਾਦਰ ਜੀ ਲਾਗੇ ਜਿਹੜੀ ਲੱਭੀ ਲੈ ਕੇ ਤੇ ਪਿਆ ਜੀ। ਮੈਂ ਠਾਲਿਆ, ਮੈਂ ਕਿਹਾ ਪਹਿਲਾਂ ਤਾਂ ਮੈਂ ਡਰ ਗਿਆ, ਮੈਂ ਕਿਹਾ ਇਹ ਉਪਰਾ ਬੰਦਾ ਕਿਹੜਾ ਆ ਗਿਆ ਜੀ।
ਬਾਅਦ ਚੋਂ ਫਿਰ ਜਦੋਂ ਦੇਖਿਆ ਤੇ ਇਹਦੇ ਹਾਲਾਤ ਬੜੇ ਮੰਦੇ ਸੀ। ਬਹਿ ਜਾ ਪੁੱਤ, ਮੈਂ ਜਦੋਂ ਪੁੱਛਿਆ ਤੇ ਡਰ ਗਿਆ ਜੀ। ਮੁੜ ਕੇ ਕੰਬੀ ਜਾ ਕੇ ਅੱਗ ਬਾਲ ਕੇ ਇਹਨੂੰ ਅੱਗ ਛਕਾਈ ਜੀ, ਤੇ ਬੜੀ ਖਰਾਬ ਹਾਲਤ ਸੀਗੀ। ਫਿਰ ਇੱਥੇ ਤੁਹਾਨੂੰ ਫੋਨ ਕੀਤਾ ਤੇ ਫਿਰ ਬਾਅਦ ਚੋਂ ਥਾਣੇ ਰਿਪੋਰਟ ਕਰਾ ਕੇ ਤੇ ਫਿਰ ਇਹਨੂੰ ਲੈ ਕੇ ਆਏ। ਬਾਈ ਹੁਣ ਕੁੱਟਿਆ ਮਾਰਿਆ ਵੀ ਇਹਨੂੰ, ਆ ਨੱਕ ਤੇ ਵੀ ਸੱਟ ਇਹਦੇ, ਹਾਂਜੀ ਹੱਥ ਵੀ ਛਿੱਲੇ ਹੋਇਆ ਸਾਰੇ ਜੀ। ਗੋਹੇ ਨਾਲ ਲਿਬੜੇ ਹੋਏ ਵੀ ਇਹ ਕਿਸੇ ਬਾੜੇ ਚੋਂ ਭੱਜ ਕੇ ਆਇਆ, ਕਿਸੇ ਜਲਾਦ ਦੇ ਚੁੰਗਲ ਚੋਂ, ਕਿਸੇ ਜ਼ਾਲਮ ਦੇ ਚੁੰਗਲ ਚੋਂ, ਜ਼ਾਲਮ ਦੇ ਪੰਜਿਆਂ ਚੋਂ ਨਿਕਲ ਕੇ ਆਇਆ ਇਨਸਾਨ। ਪਰ ਧੰਨਵਾਦ ਆ ਬਾਈ ਮਨਜਿੰਦਰ ਦਾ, ਜਿਹਨੇ ਆਉਂਦੇ ਸਾਰ ਹੀ, ਉਸ ਪੰਜਿਆਂ ਚੋਂ ਨਿਕਲਦੇ ਸਾਰ ਹੀ ਮੂਹਰਿਓਂ ਸਿਰ 'ਤੇ ਹੱਥ ਰੱਖ ਲਿਆ ਅਤੇ ਬੁੱਕਲ 'ਚ ਲੈ ਕੇ ਇਸ ਬੱਚੇ ਨੂੰ ਇੱਥੇ ਲੈ ਕੇ ਆਇਆ ਬਾਈ। ਹੈ ਨਾ ਬੇਟਾ, ਕਿਆ ਨਾਮ ਹੈ ਤੁਹਾਡਾ? ਹਾਂ, ਨਾਮ ਕਿਸ਼ਨ ਹੈ। ਕਿਸ਼ਨ ਹੈ ਨਾਮ? ਗਾਓ ਕਿੱਥੇ ਤੇਰਾ? ਗਾਓ ਘਰੇ ਜਾਣਾ ਹੈ? ਕਿਹਦੇ ਕੋਲ ਜਾਣਾ, ਕਿਸਕੇ ਪਾਸ ਜਾਣਾ? ਘਰ ਪੇ ਕੌਣ ਹੈ? ਕੌਣ ਹੈ ਘਰ ਪੇ? ਘਰ ਪੇ ਹਾਂ, ਘਰ ਪੇ ਪਤਾ ਨਹੀਂ। ਘਰ ਪੇ ਮਾਂ ਹੈ? ਮਾਂ ਨਹੀਂ। ਮੰਮੀ ਹੈ? ਮੰਮੀ ਨਹੀਂ। ਪਾਪਾ ਹੈ? ਪਾਪਾ ਹੈ? ਹੈ ਮੰਮੀ? ਹੈ ਮੰਮੀ? ਹਾਂ ਹੈ। ਪਾਪਾ ਕਾ ਕਿਆ ਨਾਮ ਹੈ? ਪਾਪਾ ਕਾ ਨਾਮ ਨਹੀਂ ਪਤਾ। ਮੰਮੀ ਕਾ ਨਾਮ ਕਿਆ ਹੈ? ਮੰਮੀ ਕਾ ਹੈ? ਮਾਂ ਕਾ ਨਾਮ? ਮੰਮੀ ਕਾ? ਮੰਮੀ ਕਾ ਨਾਮ ਨਹੀਂ। ਤੇਰਾ ਭਾਈ ਜੋ ਰਾਜੂ, ਕਿਆ ਨਾਮ ਹੈ? ਰਾਜੂ ਹੈ ਭਾਈ ਕਾ ਨਾਮ? ਹੈ? ਭਾਈ ਕਾ ਨਾਮ ਕਿਆ ਹੈ? ਰਾਜੂ। ਭਾਈ ਕੌਣ ਹੈ ਤੇਰਾ? ਭਾਈ ਹਾਂ। ਅਰੇ ਵੋ ਤੇਰਾ ਛੋਟਾ ਭਾਈ, ਕਿਆ ਨਾਮ ਹੈ ਇਸਕਾ? ਰਾਜੇਸ਼। ਕਿਆ ਹੈ? ਕੌਣ ਹੈ ਵੋ? ਪਤਾ ਨਹੀਂ। ਤੇਰੇ ਭਾਈ ਕਾ ਨਾਮ ਕਿਆ ਹੈ? ਤੇਰੇ ਭਾਈ ਕਾ ਨਾਮ ਕਿਆ ਹੈ? ਭਾਈ ਹੈ। ਹਾਂ, ਕਿਆ ਨਾਮ ਹੈ ਉਸਕਾ? ਨਾਮ ਕਿਆ ਹੈ ਉਸਕਾ? ਤੇਰੇ ਕੋ ਕਿਸਨੇ ਮਾਰਾ ਜਹਾਂ ਪੇ? ਕਿਸਨੇ ਮਾਰਾ? ਕਿਸੀ ਨੇ ਵੀ ਨਹੀਂ। ਜੇ ਖੂਨ ਨਿਕਲਾ ਹੁਆ ਨਾਕ ਮੇ, ਦੇਖੋ ਸਾਰੇ ਖੂਨ ਜਮਾ ਹੁਆ, ਦੇਖੋ ਜੇ ਸਾਰਾ ਨਾਕ ਤੋੜਾ ਹੁਆ ਹੈ। ਕਿਸਨੇ ਮਾਰਾ ਥਾ ਜਹਾਂ ਹੈ? ਕਿਸਨੇ ਮਾਰਾ ਬੇਟਾ? ਨਹੀਂ ਪਤਾ ਹੈ। ਜੇ ਕਹਾਂ ਪੇ ਕਾਮ ਕਰਤੇ ਥੇ ਕਹੀਂ? ਹਾਂ, ਗੋਬਰ ਕਾ ਕਾਮ ਕਰਤੇ ਥੇ? ਹਾਂ। ਕਿਆ ਕਰਤੇ ਥੇ? ਗੋਬਰ ਕਾ ਕਾਮ। ਕਿਆ ਕਰਤੇ ਥੇ? ਗੋਬਰ ਉਠਾਤੇ ਥੇ? ਹਾਂ। ਕਿਸਕੇ ਘਰ ਪੇ ਗੋਬਰ ਉਠਾਤੇ ਥੇ? ਹਾਂ, ਕਿਸਕੇ ਘਰ ਪੇ? ਉਧਰ ਹੀ ਕਹੀਂ ਉਠਾਤੇ ਥੇ। ਕਿਤਨੇ ਟਾਈਮ ਸੇ? ਹਾਂ, ਕਿਤਨੇ ਟਾਈਮ ਸੇ? ਟਾਈਮ ਸੇ 3-4 ਦਿਨ ਹੋ ਗਏ। ਮਾਰਤੇ ਥੇ ਵੀ ਤੋ? ਹਾਂ, ਮਾਰਤੇ ਥੇ। ਹਾਂ, ਮਾਰਤੇ। ਮਾਰਤੇ ਪੀਟਤੇ ਥੇ? ਹਾਂ, ਮਾਰਤੇ ਪੀਟਤੇ। ਠੀਕ। ਪੈਸਾ ਦੇਤੇ ਥੇ? ਪੈਸਾ? ਹੈਂ? ਪੈਸਾ ਦੇਤੇ ਥੇ? ਪੈਸਾ? ਨਹੀਂ, ਪੈਸਾ ਨਹੀਂ ਦੇਤੇ ਥੇ। ਰੋਟੀ ਦੇਤੇ ਥੇ? ਰੋਟੀ? ਰੋਟੀ? ਹੂੰ। ਨਹੀਂ। ਖਾਣੇ ਕੋ? ਨਹੀਂ। ਕਾਮ ਕਰਵਾਤੇ ਥੇ? ਹਾਂ। ਕਿਆ ਕਾਮ ਕਰਵਾਤੇ ਥੇ? ਹਾਂ, ਕਿਆ ਕਾਮ ਕਰਵਾਤੇ ਥੇ? ਕਿਆ ਕਾਮ? ਗੁਆਈ ਚੱਕਣਾ ਹੈ। ਗੁਆਈ ਚੱਕਣਾ ਹੈ ਬਸ। ਸਾਰਾ ਦਿਨ ਗੁਆ ਚੱਕਦੇ ਥੇ? ਹਾਂ ਜੀ। ਹੱਥ ਮੇ ਕਿਆ ਹੋ ਗਿਆ? ਹੱਥ ਕੈਸੇ, ਕਿਆ ਹੋ ਗਿਆ ਜੀ? ਹਾਂ, ਉਧਰ ਵੀ ਕੋਈ ਤਾਰ ਤੂਰ ਫਾਂਦ ਕੇ ਆਏ ਹੋ? ਤਾਰ ਫਾਂਦ ਕੇ ਆਏ ਹੋ? ਤਾਰ ਜੇ ਕਿਆ ਲੱਗਿਆ ਹੈ? ਇਸ ਹੱਥ ਮੇ ਵੀ ਦੇਖੋ ਕਿਤਨੇ ਜਗ੍ਹਾ ਪੇ ਨਿਸ਼ਾਨ ਪੜ ਗਏ ਹੈ। ਜੇ ਦੇਖੋ ਸਾਰਾ ਕਟਾ ਹੁਆ ਹੈ ਹੱਥ, ਜੇ ਵੀ ਹੱਥ ਕਟਾ ਹੁਆ ਹੈ। ਕੈਸੇ? ਤੁਹਾਡਾ ਨਾਮ ਕਿਆ ਹੈ? ਤੁਹਾਡਾ ਨਾਮ ਕਿਆ ਹੈ? ਨਾਮ ਮੇਰਾ ਕਿਸ਼ਨ ਹੈ। ਕਿਸ਼ਨ ਹੈ? ਕਿਆ ਹੈ? ਕਿਸ਼ਨ ਕੁਮਾਰ ਹੈ। ਕਿਸ਼ਨ ਕੇ ਪਾਪਾ ਕਾ ਨਾਮ ਕਿਆ ਹੈ? ਕਿਸ਼ਨ ਕੇ ਪਾਪਾ ਕਾ ਨਾਮ ਨਹੀਂ ਪਤਾ। ਕਿਸ਼ਨ ਕੇ ਪਾਪਾ ਕਾ ਨਾਮ? ਕਿਸ਼ਨ ਨਹੀਂ ਪਤਾ। ਕਿਸ਼ਨ ਕੋ ਜਾਣਤੇ ਹੋ? ਕਿਸ਼ਨ ਕੌਣ ਹੈ? ਨਹੀਂ ਜਾਣਤਾ। ਕਿਸ਼ਨ ਕੌਣ ਹੈ? ਕਿਸ਼ਨ ਨਹੀਂ ਜਾਣਤਾ। ਕਿਸ਼ਨ ਕੋ ਨਹੀਂ ਜਾਣਤਾ ਤੂੰ? ਕਿਸ਼ਨ ਕੇ ਪਾਪਾ ਕੋ ਵੀ ਨਹੀਂ ਜਾਣਤਾ ਤੂੰ? ਅਰੇ ਜੇ ਦੇਖੋ ਤੁਹਾਡਾ ਨਾਮ ਲਿਖਾ ਹੁਆ ਹੈ ਇਧਰ। ਅੱਛਾ, ਇਹ ਕਿਸ਼ਨ ਮਸੀਹ ਹੋ? ਜੇ ਕਿਆ ਹੈ? ਕ੍ਰੋਸ ਹੈ? ਪ੍ਰਭੂ ਕੇ ਗਾਂ ਜਾਤੇ ਹੋ? ਪ੍ਰਭੂ ਚਰਚ ਮੇ ਜਾਤੇ ਹੋ? ਦੇਖੋ ਜੀ ਨੀਲ ਕਿੱਡਾ ਪਿਆ ਹੋਇਆ ਬਾਂਹ ਤੇ ਵੀ, ਕੁੱਟਿਆ ਹੋਇਆ ਕਿਸੇ ਨੇ।
कृष्ण ये मूहरे क्रॉस बनया होया जी ये मसीह भाईचारे तो है वीर ये है ना ते बाहां दे उत्ते तां मैल ही मैल बेचारे दे है ना ते जिहड़ा बंदा इहदे तों गोबर चकवा रहा वा ਉਹ ਘਟੀਆ ਲੋਕ ਉਹ ਪਾਪੀ ਜ਼ਾਲਮ ਲੋਕ ਮਾਂ ਦਾ ਪੁੱਤ ਕਿਸੇ ਦਾ ਪਤਾ ਨਹੀਂ ਕਿੰਨੇ ਟਾਈਮ ਤੋਂ ਗੁੰਮਿਆ ਹੋਊਗਾ ਆਪਣਿਆਂ ਤੋਂ ਵਿਚਾਰਾ ਇਹ ਵਿਛੜਿਆ ਹੋਊਗਾ ਜਿਹੜਾ ਇੰਨਾ ਡਰਿਆ ਹੋਇਆ ਵੀ ਆਪਣਾ ਨਾਮ ਵੀ ਨਹੀਂ ਦੱਸ ਪਾ ਰਿਹਾ ਇੱਥੇ ਓਮ ਲਿਖਿਆ ਹੋਇਆ ਵਾ ਹਨਾ ਤੇ ਇਧਰਲੇ ਪਾਸੇ ਹਨਾ ਕ੍ਰੋਸ ਬਣਿਆ ਹੋਇਆ ਵਾ ਤੇ ਨਾਲ ਉੱਪਰ ਨਾਮ ਲਿਖਿਆ ਹੋਇਆ ਕ੍ਰਿਸ਼ਨਾ क्या लिखा नहीं जी क्या लिखा है बेटा है? क्या नाम है नहीं के है भाई ये इदा के आई एस एच ए एन है ना किशन ही है किशन है तू अरे किशना है तू किशना भाई तू मेरे को पहचाना नहीं नहीं पहचाना पहचान क्या पहचान लिया कहाँ मिले थे अरे पापा तुम्हारे जब मेरी दुकान पे आए थे वहां पे जूस खा पिया था बर्फी खाया था बर्फी याद है दुकान पे आए थे ना कौन था साथ में तेरे साथ में हाँ तेरे साथ कौन था वो मेरे साथ हाँ कौन नहीं पता नहीं पिताजी थे तुम्हारे पापा थे पापा का नाम क्या है पापा का नाम क्या है जो तेरे साथ आए थे ना दुकान पे उसका नाम क्या है नाम नहीं मालूम तुम्हारा जो दोस्त है जो जो तेरे साथ खेलता था भागम भाग उस दोस्त का क्या नाम है वो बहुत प्यार करता है जो दोस्त तेरे साथ लड़ाई करता रहता है वो दोस्त का नाम क्या है तेरे का दोस्त का नाम नहीं पता अरे यार कृष्णा सब याद है तेरे को इसके इस पे इसके ऊपर अपना नाम लिख दो कृष्णा अच्छा सा सुंदर सा नाम लिख दो यहां पे लिखो सन ऑफ हाँ आगे लिखो अपने पिताजी का नाम लिख दो और माता जी का नाम भी लिख दो अपनी मम्मी का भाई का नाम भी लिख दो तुम्हारा भाई है जो और गांव का नाम भी लिख दो तुम्हारे गांव का नाम कहां के रहने वाले हो शहर का नाम लिख दो शहर का नाम नाम क्या है नाम नाम तुम कहां के रहने वाले हो अपना नाम पता लिख दो यहां पे पता पता तुम्हारा पता क्या है तुम्हारा एड्रेस क्या है जलंधर ठीक है जलंधर गांव मोहल्ले का नाम क्या है मोहल्ला मोहल्ले का गली नंबर कितना है गली नंबर क्या है जी चार गली नंबर चार है और मोहल्ले का नाम क्या है मोहल्ले का मोहल्ले का हाँ मोहल्ले का मोहल्ले का नाम क्या है मोहल्ले का नाम क्या लिखा है जी क्या लिखा है मकदूमपुरा मोहल्ला है मकदूमपुरा मोहल्ला है मोबाइल नंबर लिख दो इधर अपना घर का मोबाइल नंबर लिख दो जो तो लैंडलाइन नंबर हो गया ना नंबर घर का पापा का नंबर लिख दो चलो अपने पिताजी का
नाम नहीं, नंबर, फोन नंबर, फोन नंबर नहीं, नंबर नंबर मोबाइल का नंबर क्या है? मोबाइल ऐसे ऐसे हाथ के नीचे ले लो। कितना तक पढ़ाई किया तूने? तूने कितना, कौन से स्कूल में पढ़ाई किया? स्कूल का नाम लिख दो अपने का, जहाँ पे स्कूल का नाम लिख दो। हाँ, तुम्हारे स्कूल का नाम क्या था? क्या है जी? एपीजे। क्या, कहाँ कहाँ है स्कूल? स्कूल का पूरा नाम लिख दो ना, एपीजे। हाँ ठीक है, तुम्हारे स्कूल का जो टीचर था उसका नाम लिख दो, टीचर का। टीचर का, हाँ, तुम्हारा टीचर जो तेरे को पढ़ाता था। टीचर का नाम याद नहीं है तेरे को? नहीं याद। तुम्हारा जो स्कूल में पढ़ता था दोस्त, किसी दोस्त का नाम याद है? जहाँ पे दोस्त का नाम लिख दो, तुम्हारा दोस्त जो सबसे अच्छा दोस्त है तुम्हारा। ठीक है, जहाँ पे मोबाइल नंबर लिख दो, कोई भी नंबर तेरे को याद है ना? नंबर याद है 98, ये 98 वाला जो नंबर तू यहाँ पे लिखने लगा था ना, वही लिख दो 98। आगे पूरा लिख दो। ये किसका नंबर है? ये किसका नंबर है? ये नहीं, अपने ही नंबर है, मेरा नंबर। तेरा नंबर है? अब कौन उठाएगा ये नंबर? ये नंबर मेरा ही है। हाँ, मोबाइल कहाँ है जी? मोबाइल चोरी हो गया? हाँ, चोरी हो गया। उन्होंने रख लिया जिनके यहाँ गोबर उठाते थे, सारा दिन गुहा उठाते थे, मारते भी थे। कौन मारता था उनका, क्या नाम था उसका जो मारता था? हेलो। हेलो, हाँ जी भाई जी, सत श्री अकाल जी। सत श्री अकाल जी। हाँ जी भाई जी, आपका तुहाडा कोई बेटा किशन है? किशन ਤੁਹਾਡਾ ਕੋਈ ਬੇਟਾ ਹੈਗਾ ਕਿਸ਼ਨ? ਕਿਸ਼ਨ ਨਾ ਜੀ। ਕੋਈ ਕੋਈ ਗੁੰਮਿਆ ਹੋਇਆ ਤੁਹਾਡੇ ਪਰਿਵਾਰ ਦਾ ਬੰਦਾ, ਕੋਈ ਘਰ ਤੋਂ ਗੁੰਮ ਗਿਆ ਹੋਵੇ? ਨਾ ਨਾ ਜੀ। ਸਾਨੂੰ ਨਾ ਇੱਕ ਬੱਚਾ ਮਿਲਿਆ ਜੀ, ਅਸੀਂ ਮਨੁੱਖਤਾ ਦੀ ਸੇਵਾ ਤੋਂ ਬੋਲਦੇ ਹਾਂ ਜੀ, ਲੁਧਿਆਣੇ ਤੋਂ। ਕਿੱਥੋਂ ਬੋਲਦੇ ਜੀ? ਲੁਧਿਆਣੇ ਤੋਂ ਬੋਲਦੇ ਹਾਂ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨਾ, ਇੱਕ NGO ਆ। ਹਾਂਜੀ, ਅਸੀਂ ਜਿਵੇਂ ਕੋਈ ਲਵਾਰਸ ਬੱਚੇ ਹੁੰਦੇ ਜਾਂ ਬੰਦੇ ਹੁੰਦੇ, ਉਹਨਾਂ ਨੂੰ ਘਰਾਂ ਤੱਕ ਪਹੁੰਚਾਉਂਦੇ ਆ, ਜਾਂ ਜਿਹੜੇ ਗੁਲਾਮ ਬਣਾ ਕੇ ਰੱਖੇ ਹੁੰਦੇ ਉਹਨਾਂ ਨੂੰ ਛਡਾਉਂਦੇ ਆ, ਜਾਂ ਕਿਸੇ ਦੇ ਕੀੜੇ ਪਏ ਹੁੰਦੇ ਆ, ਜਾਂ ਕੋਈ ਡਿੱਗਿਆ ਪਿਆ ਹੁੰਦਾ ਸੜਕ ਤੇ ਪਾਹਾ ਜੇ, ਉਹਨਾਂ ਨੂੰ ਹਨਾ ਸੇਵਾ ਕਰਦੇ ਆ। ਤੇ ਸਾਨੂੰ ਇੱਕ ਬੱਚਾ ਮਿਲਿਆ ਨਕੋਦਰ ਤੋਂ, ਉਹ ਨਾਂ ਆਪਣਾ ਕਿਸ਼ਨਾ ਦੱਸਦਾ, ਉਹਦੀ ਉਮਰ 20 ਸਾਲ, 18-20 ਸਾਲ ਆ, ਤੇ ਉਹਨੇ ਤੁਹਾਡਾ ਮੋਬਾਈਲ ਨੰਬਰ ਲਿਖਿਆ ਜੀ। ਉਹ ਠੀਕ ਨੀ ਹੈਗਾ ਦਿਮਾਗੀ ਤੌਰ ਤੇ, ਪਰ ਉਹਨਾਂ ਨੇ ਉਹਨੂੰ, ਅਸੀਂ ਪੁੱਛਦੇ ਸੀਗੇ ਵੀ ਕੋਈ ਨੰਬਰ ਲਿਖ ਦੇ ਤੁਸੀਂ ਜਾਣਦੇ ਇਹਨੂੰ? ਅੱਗੇ ਵੀ ਤੁਹਾਨੂੰ ਲੋਕ ਫੋਨ ਕਰਦੇ ਆ? ਬਹੁਤ ਜੀ, ਮੈਨੂੰ ਲੱਗਦਾ 5-6 ਸਾਲ ਹੋ ਗਏ ਫੋਨ ਆਉਂਦਾ ਮੇਰੇ ਕੋਲ ਤਾਂ। ਨਹੀਂ, ਕਿੰਨੀ ਕੁ ਵਾਰੀ ਆ ਜਾਂਦਾ ਫੋਨ ਤੁਹਾਨੂੰ?
ਅੱਛਾ ਜੀ, ਕੱਲ ਨੂੰ ਕਿਸੇ ਹੋਰ ਕੋਲੇ ਜਾ ਕੇ ਫੋਨ ਲਾਉਂਦਾ ਜਿਵੇਂ ਆਏ ਕਰਦਾ ਨਾ। ਅੱਛਾ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਾਗਰ ਹੈ ਜੀ। ਸਾਗਰ ਜੀ, ਸਾਗਰ ਜੀ, ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਚੱਲ ਕਿਤੇ ਇੱਕ ਵਾਰੀ ਬੰਦੇ ਨੂੰ ਮੈਲੀ ਲਈਏ ਸ਼ਾਇਦ ਕੋਈ? ਮੈਂ ਕਿਹਾ ਤੁਸੀਂ ਕੋਸ਼ਿਸ਼ ਕਰਿਓ ਜੇ ਕਿਤੇ ਮੈਲੀ ਲਵੋ। ਸਾਡਾ ਲੁਧਿਆਣੇ ਹੈ ਜੀ, ਇਹ ਵੱਡੇ ਰੋਡ ਤੇ ਜਦੋਂ ਬਠਿੰਡੇ ਲਈ ਆਉਂਦੇ ਹਾਂ ਨਾ ਆਪਾਂ, ਜਦੋਂ ਜਗਰਾਓਂ ਤੋਂ ਆ ਗਏ ਮੁੱਲਾਪੁਰ ਆ ਗਿਆ, ਮੁੱਲਾਪੁਰ ਦੇ ਨਾਲ ਹੀ ਆ ਰੋਡ ਤੇ ਸ਼ੈਲਟਰ ਸਾਡਾ। ਕਿਤੇ ਲੰਘਦੇ ਕਰਦੇ ਕਿਤੇ ਗੇੜਾ ਹੀ ਮਾਰ ਜਿਓ ਕਈ ਵਾਰੀ ਕੋਈ। ਹਾਂਜੀ, ਇਹ ਵੀ ਬੰਦਾ ਹਿੰਦੀ ਬੋਲਦਾ ਨਾ, ਇਹ ਵੀ ਮਹਾਰਾਸ਼ਟਰ ਨਹੀਂ ਹੈ। ਠੀਕ ਹੈ ਬਾਈ ਜੀ, ਠੀਕ ਠੀਕ। ਦੇਖੋ ਕਿੱਦਾਂ ਦਾ ਨਾ ਇੱਕ ਕੋ ਇੰਸੀਡੈਂਟ ਆ ਵੀ ਉਹ ਬਾਈ, ਬਸ ਇੱਕ ਮਿੰਟ ਰੁਕ ਜਾਓ ਜੀ, ਦੋ ਕੁ ਮਿੰਟ ਰੁਕ ਜਾਓ ਬਸ। ਅਤੇ ਵੀ ਉਸ ਬੰਦੇ ਨੂੰ ਵੀ ਕਿੰਨੀ ਵਾਰੀ ਕਾਲ ਆਉਂਦੀ ਹੈ ਵੀਰਾ, ਜ਼ਿਆਦਾਤਰ ਬੰਦਿਆਂ ਨੂੰ ਆਹੀ ਨੰਬਰ ਦੇ ਰਿਹਾ ਕਹਿੰਦਾ, ਹੈ ਨਾ ਵੀ ਸਾਲ 'ਚ ਇੱਕ ਦੋ ਵਾਰੀ ਮੈਨੂੰ ਕਾਲ ਆ ਹੀ ਜਾਂਦੀ ਆ। ਜੇ ਕਿਸ ਦਾ ਨੰਬਰ ਹੈ ਬੇਟਾ, ਜੇ ਕਿਸ ਦਾ ਨੰਬਰ ਹੈ? ਜੇ ਤੇਰਾ ਨੰਬਰ ਹੈ, ਆਗੇ ਕਿਆ ਲੱਗੇਗਾ ਇਸ ਕੇ? ਨਹੀਂ ਇਸ ਕੇ ਆਗੇ ਜਾ, ਨਹੀਂ ਇਸ ਕੇ ਟੂ ਸੇ ਆਗੇ। ਜਲੰਧਰ ਕਾ ਹੈ ਤੂੰ? ਹੈਂ, ਜਲੰਧਰ ਪੇ ਕੌਨ ਸੇ ਮਹੱਲੇ ਮੇ ਰਹਿਤਾ ਥਾ? ਬਸ ਜੀ, ਤਾਂ ਹੁਣ ਅਸੀਂ ਵੀ ਹੈ ਨਾ ਯਤਨ ਕਰਾਂਗੇ ਵੀਰੇ ਤੋਂ ਪਤਾ ਕਰਨ ਦਾ ਕਿਸੇ ਤਰੀਕੇ, ਹੌਲੀ ਹੌਲੀ ਪੁੱਛਣ ਦਾ, ਕਿਉਂਕਿ ਇੱਕ ਤਾਂ ਠੰਡ ਲੱਗੀ ਹੋਈ ਹੈ, ਬਾਈ ਨੂੰ ਕੰਬੀ ਜਾਂਦਾ ਵਾ, ਅਤੇ ਇੱਕ ਸੱਟਾਂ ਲੱਗੀਆਂ ਹੋਈਆਂ ਬਾਕੀ ਸਰੀਰ 'ਤੇ ਵੀ, ਅਸੀਂ ਦੇਖਾਂਗੇ ਪਤਾ ਨਹੀਂ ਕਿੰਨੇ ਕੁ ਵਿਚਾਰੇ ਦੇ ਹੋਰ ਨੀਲ ਪਏ ਹੋਣਗੇ ਸਰੀਰ ਦੇ ਉੱਪਰ, ਹੈ ਨਾ। ਬਾਂਹ ਆਪਾਂ ਉੱਪਰ ਨੂੰ ਕਰੀ ਸੀ ਅਤੇ ਬਾਂਹ ਦੇ ਉੱਪਰ ਦੇਖੋ ਕਿੱਡਾ ਵੱਡਾ ਨੀਲ ਪਿਆ ਹੋਇਆ, ਹੈ ਨਾ। ਦੇਖੋ ਚੱਲੀ ਬੇਟਾ, ਦੇਖੋ ਪਤਾ ਨਹੀਂ ਕਿਹੜੇ ਜਨਮਾਂ ਦਾ ਕਿਸੇ ਨੇ ਨਾਲ ਬੈਰ ਕੱਢਿਆ, ਹੱਥ ਵੀ ਛਿੱਲੇ ਪਏ ਆ, ਪੈਰ ਦੇਖੋ ਗੋਹੇ ਦੇ ਨਾਲ, ਬਾਪੂ ਗੋਪਾਲ ਹੁਣ ਵਾਲਾ ਹਾਲ ਹੀ ਆ, ਬਸ ਉਮਰ ਘੱਟ ਕਰਕੇ ਇਹਦਾ ਸਰੀਰ ਝੱਲ ਰਿਹਾ ਸੀਗਾ ਹਜੇ, ਹੈ ਨਾ। ਅਤੇ ਹਾਂ ਦੇਖੋ ਪੈਰ ਵੀ ਸੁੱਜੇ ਪਏ ਆ, ਕਿਉਂਕਿ ਸਾਰਾ ਦਿਨ ਬਾਈ ਗੋਹਾ ਚੱਕਦਾ ਬਾਈ। ਦੇਖੋ ਆਹ ਚੀਜ਼ਾਂ ਸੁੱਜੀਆਂ ਪਈਆਂ, ਦੁਖਦੇ ਆ ਵਿਚਾਰੇ ਦੇ ਗਿੱਟੇ। ਜਹਾ ਮਾਰਤਾ ਥਾ, ਮਾਰਤਾ ਥਾ ਜਹਾ ਗਿੱਟੇ ਪੇ, ਮਾਰਤਾ ਥਾ ਕੋਈ, ਮਾਰਤਾ ਥਾ ਕੋਈ ਡੰਡਾ, ਮਾਰਤਾ ਥਾ ਕੌਣ, ਮਾਰਤਾ ਥਾ? ਨਹੀਂ ਨਹੀਂ ਕੋਈ ਵੀ ਨਹੀਂ ਮਾਰਤਾ। ਜਹਾਂ ਪੇ ਕਿਸਨੇ ਮਾਰਾ? ਹਾਂ ਯਹਾਂ ਪੇ ਕਿਸੀ ਨੇ ਵੀ ਨਹੀਂ ਮਾਰਾ। ਜੇ ਦੇਖੋ ਨਾ ਖੂਨ ਨਿਕਲ ਰਿਹਾ ਨਾਕ ਮੇ, ਸਾਰਾ ਖੂਨ ਸੇ ਭਰਾ ਪੜਾ, ਸਨਾ ਪੜਾ ਹੈ ਨਾਕ। ਮਾਰਾ ਥਾ ਕਿਸੀ ਨੇ? ਯਹਾਂ ਪੇ ਵੀ ਇੱਕ ਚੋਟ ਲੱਗੀ ਹੋਈ ਸੀ ਤੇਰੇ, ਯਹਾਂ ਪੁਰਾਣੀ ਯਹਾਂ ਪੇ ਕਿਆ ਚੋਟ ਲੱਗੀ ਥੀ, ਯਹਾਂ ਪੇ ਵੀ ਚੋਟ ਹੈ, ਉੱਪਰ ਦੇਖਣਾ ਉੱਪਰ, ਮੂੰਹ ਤੇ ਕਿੰਨੇ ਨਿਸ਼ਾਨ ਆ ਤੇਰੇ ਸੱਟਾਂ ਦੇ, ਦੋ ਤਿੰਨ ਚਾਰ ਇੱਥੇ ਵੀ ਕਿੱਡਾ ਟਾਕਾ। ਦੇਖੋ ਕਿੱਡੇ ਕਿੱਡੇ ਨਿਸ਼ਾਨ ਏਦਾਂ।
ਚਲੋ ਬਸ ਸ਼ੇਅਰ ਕਰੋ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਹਨਾ। ਜੇ ਮਨਜਿੰਦਰ ਵੀਰੇ ਨੇ ਇਹ ਉਪਰਾਲਾ ਕੀਤਾ ਆਪਾਂ ਇਸ ਉਪਰਾਲੇ ਨੂੰ ਨੇਪਰੇ ਚਾੜ ਸਕੀਏ। ਜੇ ਇਹ ਬੱਚੇ ਨੇ ਵਿਚਾਰੇ ਨੇ ਕਿਸੇ ਦੇ ਚੁੰਗਲ ਚੋਂ ਕਿਸੇ ਜ਼ਾਲਮ ਦੇ ਪੰਜੇ ਚੋਂ ਨਿਕਲਣ ਦਾ ਉਪਰਾਲਾ ਕੀਤਾ, ਭੱਜਿਆ ਵਿਚਾਰਾ ਉੱਥੋਂ ਕਿਸੇ ਤਰੀਕੇ, ਜਾਂ ਕੋਈ ਤਾਰਾਂ ਤੂਰਾਂ ਪੀੜੀਆਂ ਹੁੰਦੀਆਂ ਕੰਡੇ ਵਾਲੀਆਂ ਲੱਗੀਆਂ ਕੰਡਿਆਲੀਆਂ, ਉਹਨਾਂ ਨੂੰ ਹੱਥ ਪਾ ਕੇ ਚੜਿਆ ਕਿਤੇ ਕੰਧ ਕੁੰਧ ਟੱਪਿਆ ਹਨਾ, ਜਿਹਦੇ ਕਰਕੇ ਇਹਦੇ ਹੱਥ ਦੇ ਵਿੱਚ ਗਲੀਆਂ ਹੋਈਆਂ ਪਈਆਂ ਹਨ, ਛਿੱਲੀਆਂ ਪਈਆਂ ਹੱਥ ਦੀਆਂ ਲਕੀਰਾਂ ਵੀ। ਤੇ ਇਹ ਵੀਰ ਆਪਣੇ ਘਰ ਪਹੁੰਚ ਸਕੇ ਤੇ ਮਨਜਿੰਦਰ ਬਾਈ ਦਾ ਧੰਨਵਾਦ ਆ ਬਹੁਤ ਬਹੁਤ ਹਨਾ, ਜਿਹਦੇ ਘਰ ਚ ਇੱਕ ਅਣਜਾਣ ਬੰਦਾ ਵੜਿਆ ਤੇ ਨਹੀਂ ਤੇ ਵੀ ਦਬਕੇ ਮਾਰ ਕੇ ਅੱਗੇ ਕਰ ਦਿੰਦਾ, ਪਰ ਇਸ ਬੰਦੇ ਨੇ ਆਪਣਾ ਫਰਜ਼ ਨਿਭਾਇਆ। ਬਾਈ ਨੇ ਨਕੋਦਰ ਤੋਂ ਬਾਈ ਇੱਥੇ ਲੈ ਕੇ ਆਇਆ ਇਸ ਬੰਦੇ ਨੂੰ, ਤੇ ਆਪਾਂ ਹੁਣ ਅੱਗੇ ਇਹਨੂੰ ਇੱਥੋਂ ਇਹਦੇ ਘਰ ਤੱਕ, ਇਹਦੇ ਆਪਣਿਆਂ ਤੱਕ, ਇਹਦੇ ਮਾਂ ਬਾਪ ਤੱਕ, ਪਤਾ ਨਹੀਂ ਉਹ ਮਾਂ ਕਿੰਨੀ ਕੁ ਤੜਫਦੀ ਹੋਊ ਆਪਣੇ ਇਸ ਜਵਾਨ ਪੁੱਤ ਨੂੰ ਜਿਹਦੇ ਢਿੱਡੋਂ ਇਹ ਜਾਇਆ, ਉਹ ਬਾਪ ਕਿੰਨਾ ਕੁ ਤੜਫਦਾ ਹੋਊ ਇਸ ਆਪਣੇ ਪੁੱਤ ਨੂੰ ਜਿਹਨੇ ਇਹਨੂੰ ਉਂਗਲੀ ਨਾਲ ਫੜ ਕੇ ਚੱਲਣਾ ਸਿਖਾਇਆ। ਉਹ ਭੈਣ ਭਰਾ ਕਿੱਥੇ ਹੋਣਗੇ, ਕਿੱਦਾਂ ਹੋਣਗੇ? 5-6 ਸਾਲ ਤਾਂ ਉਹ ਬਾਈ ਦੱਸਦਾ ਵਾ ਵੀ 5-6 ਸਾਲਾਂ ਤੋਂ ਇਹ ਮੇਰਾ ਨੰਬਰ ਲੋਕਾਂ ਨੂੰ ਦਿੰਦਾ ਤੇ ਮੈਨੂੰ ਲੋਕ ਫੋਨ ਕਰਦੇ ਨੇ ਵੀ ਮੈਂ ਤਾਂ ਛੋਲਾਪੁਰ ਦਾ ਰਹਿਣ ਵਾਲਾ MP ਦਾ, ਵੀ ਮੇਰੇ ਇਹਨਾਂ ਦਾ ਕੋਈ ਵਾਹ ਵਾਸਤਾ ਨਹੀਂ। 5-6 ਸਾਲਾਂ ਤੋਂ ਉਹਨੂੰ ਫੋਨ ਜਾ ਰਹੇ ਆ ਤੇ ਇਹ ਬੰਦਾ ਪਤਾ ਨਹੀਂ ਕਿੰਨੇ ਟਾਈਮ ਦਾ ਵਿਚਾਰਾ ਕਿੱਦਾਂ ਸੜਕਾਂ ਦੇ ਉੱਤੇ ਜਾਂ ਇਹ ਉਹਨਾਂ ਲੋਕਾਂ ਦੇ ਚੁੰਗਲ 'ਚ ਫਸ ਜਾਂਦਾ ਵਿਚਾਰਾ। ਜਵਾਨ ਆ ਕਿਉਂਕਿ ਹਰੇਕ ਹੀ ਫੜ ਕੇ ਲੈਂਦਾ ਵੀ ਚੱਲ ਆ ਜਾ ਵੀ ਗੋਹਾ ਚੱਕ, ਤੇ ਜਦੋਂ ਦਾ ਲੱਗਦਾ ਨਿਕਲਿਆ ਆਉਂਦਾ ਹੋਣਾ, ਭੱਜਿਆ ਆਉਂਦਾ ਹੋਣਾ ਕਿਤੋਂ ਵਿਚਾਰਾ। ਜੇ ਕਿਸੇ ਵੱਡੇ ਜ਼ਾਲਮ ਦੇ ਧੱਕੇ ਚੜ੍ਹ ਗਿਆ, ਬਾਪੂ ਗੋਪਾਲ ਵਾਂਗ ਜ਼ਿੰਦਗੀਆਂ ਕੱਢ ਦਿੰਦੇ ਨੇ ਲੋਕ। ਬਾਪੂ ਪ੍ਰੇਮ ਚੰਦ ਸ਼ਰਮਾ ਜਿਹੜਾ ਸਾਡੇ ਸਰਪੰਚ ਸਾਹਿਬ ਨੇ, ਉਹ 13-13.5 ਸਾਲ ਦੀ ਉਮਰ 'ਚ ਆਪਣੇ ਤਾਏ ਨਾਲ ਗੁੱਸੇ ਹੋ ਕੇ ਆਇਆ ਸੀ ਘਰੋਂ, ਤੇ ਅਜੀਤ ਸਿੰਘ ਭਾਊ ਦੇ ਕਾਲੀਆਂ ਸਕੱਤਰਾਂ ਪਿੰਡ ਤਰਨ ਤਾਰਨ ਜ਼ਿਲ੍ਹੇ 'ਚ ਇੱਦਾਂ ਦਾ ਫਸਿਆ, 60-65 ਸਾਲ ਦਾ ਹੋ ਗਿਆ, ਮੂੰਹ 'ਚੋਂ ਦੰਦ ਵੀ ਉੜ ਗਏ ਵਿਚਾਰੇ ਦੇ। ਇਸ ਕਰਕੇ ਆਪਣਾ ਫਰਜ਼ ਆਪਾਂ ਨੂੰ ਨਿਭਾਉਣਾ ਚਾਹੀਦਾ, ਜਦੋਂ ਵੀ ਕਿਤੇ ਇਸ ਤਰ੍ਹਾਂ ਕੋਈ ਹਾਲਾਤ 'ਚ ਬੰਦਾ ਮਿਲਦਾ ਸਾਨੂੰ ਮਾੜਾ ਮੋਟਾ ਤਾਂ ਹਾਰਾ ਨਾਰਾ ਮਾਰਨਾ ਚਾਹੀਦਾ। ਜਿੱਦਾਂ ਇਹ ਵੀਰੇ ਨੇ ਉਪਰਾਲਾ ਕੀਤਾ ਸਾਨੂੰ ਵੀ ਕਰਨਾ ਚਾਹੀਦਾ ਸਾਰਿਆਂ ਨੂੰ। ਤੁਹਾਡੇ ਆਂਢ ਗੁਆਂਢ 'ਚ ਹੀ ਹੁੰਦੇ ਨੇ ਇੱਦਾਂ ਦੇ ਲੋਕ, ਪਰ ਉਹਨਾਂ ਦੀ ਸਾਰ ਜ਼ਰੂਰ ਲਿਆ ਕਰੋ ਭਾਈ। ਵੀਡੀਓ ਨੂੰ ਸ਼ੇਅਰ ਕਰਿਓ, ਜੇ ਕੋਈ ਜਾਣਦਾ ਪਹਿਚਾਣਦਾ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰਿਓ। ਸਾਡੇ ਨੰਬਰ 97-803-0071 ਹੈ ਜੀ, 82-848 ਤੇ 0071 ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਧੰਨਵਾਦ ਬਾਈ ਤੇਰਾ, ਹੈ ਨਾ, ਤੁਸੀਂ ਇਹ ਯਤਨ ਕੀਤਾ, ਉਪਰਾਲਾ ਕੀਤਾ। ਇਹਨੂੰ ਕੱਪੜੇ ਪਵਾ ਦਿਓ ਮੋਟੇ, ਹੈ ਨਾ, ਇੱਕ ਪਜਾਮਾ ਪਵਾ ਕੇ ਨਵਾਈ ਦੇਈਏ ਪਹਿਲਾਂ, ਹੈ ਨਾ, ਲਿਆ ਕੇ ਅੰਦਰ